ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨੀਹਾ ਅਰੋੜਾ ਪੰਜਾਬ ਵੱਡਾ 247 ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਉਮੀਦ ਆ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਕੈਂਟ ਹੋਵੋਗੇ ਤੁਹਾਡੀ ਹਰ ਪੇਪਰ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੋएगी ਕਿਉਂਕਿ ਅਸੀਂ ਰੈਗੂਲਰ ਕਲਾਸਿਸ ਜਿਹੜੀਆਂ ਲਗਾਈ ਜਾ ਰਹੇ ਠੀਕ ਹੈ ਡੇਲੀ ਆਪਣੀ ਰੈਗੂਲਰ ਕਲਾਸ ਜਿਹੜੀ ਮੈਥ ਦੀ ਦੁਪਹਿਰੇ 2 ਵਜੇ ਹੁੰਦੀ ਆ ਜਦੇ ਵਿੱਚ ਅਸੀਂ ਬਹੁਤ ਸਾਰੇ ਕੁਐਸ਼ਨ ਜਿਹੜੇ ਚੈਪਟਰ ਕਨਸੈਪਟ ਟਾਈਪਸ ਕਵਰ ਕਰਦੇ ਆ। ਸੋ ਅੱਜ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਸੈਸ਼ਨ ਛੋਟੀ ਜੀ ਕਲਾਸ ਲੈ ਕੇ ਆਈਆਂ ਕਿਸ ਰਿਲੇਟਿਡ ਹੈ ਇੱਕ ਪ੍ਰੀਵੀਅਸ ਈਅਰ ਕੁਐਸ਼ਨਸ ਦੇ ਉੱਪਰ ਕਿਉਂਕਿ ਬਹੁਤ سارے ਬੱਚਿਆਂ ਦੇ ਮੈਨੂੰ ਕਮੈਂਟਸ ਆਉਂਦੇ ਸੀਗੇ ਕਿ ਮੈਮ ਪ੍ਰੀਵੀਅਸ ਈਅਰ ਕੁਐਸ਼ਨ ਦੇ ਮੈਂ ਕੁਝ ਦਿਨ ਪਹਿਲੇ ਵੀ ਕਲਾਸ ਇੱਕ ਲਗਾਈ ਸੀ। ਕੁਝ ਕੁਐਸ਼ਨਸ ਅਸੀਂ ਉਦੋਂ ਕਵਰ ਕੀਤੇ ਸੀ ਕਿ ਮੈਮ ਥੋੜੇ ਜਿਹੀ ਪ੍ਰੀਵੀਅਸ ਕੁਐਸ਼ਨ ਜਿਹੜੇ ਆ ਹੋਰ ਡਿਸਕਸ ਕਰਵਾ ਦਿਓ ਸਾਨੂੰ ਤਾਂ ਕਿ ਸਾਨੂੰ ਲੈਵਲ ਦਾ ਪਤਾ ਲੱਗ ਜਾਵੇ ਠੀਕ ਹੈ। ਸੋ ਅੱਜ ਮੈਂ ਫੇਰ ਇੱਕ ਵਾਰ ਤੁਹਾਡੇ ਸਾਹਮਣੇ ਪ੍ਰ ਕਵੈਸ਼ਨਸ ਕਰਵਾਉਂਗੀ ਇਹ ਪਿਛਲੇ ਸਾਲ ਪੇਪਰ ਦੇ ਵਿੱਚ ਮਤਲਬ ਪਿਛਲੇ ਸਾਲਾਂ ਪੇਪਰ ਦੇ ਵਿੱਚ ਆਏ ਹੋਏ ਕੁਐਸ਼ਨਸ ਆ ਤੁਹਾਨੂੰ ਕੁਐਸ਼ਨਸ ਤੋਂ ਇਹ ਆਈਡੀਆ ਹੋ ਜਾਏਗਾ ਕਿ ਕਿੱਦਾਂ ਦੇ ਸਵਾਲ ਪੇਪਰ ਦੇ ਵਿੱਚ ਆਏ ਹੋਏ ਆ ਤੇ ਆਪਣੀ ਹੁਣ ਤਿਆਰੀ ਕਿੱਦਾਂ ਦੀ ਚੱਲ ਰਹੀ ਆ ਕੀ-ਕਿਆ ਅਸੀਂ ਇੱਦਾਂ ਦੇ ਕੁਐਸਚਨਸ ਨੂੰ ਕ੍ਰੈਕ ਕਰ ਪਾਵਾਂਗੇ ਜਾਂ ਨਹੀਂ ਹਨਾ ਸੋ ਜੋ ਹੁਣ ਤੱਕ ਆ ਚੁੱਕੇ ਅੱਗੇ ਕੀ ਆਉਣ ਦੀ ਐਕਸਪੈਕਟੇਸ਼ਨ ਹੋ ਸਕਦੀ ਆ ਕਿ ਸਾਡੀ ਕਿਸ ਲੈਵਲ ਤੱਕ ਕਰਦੀ ਤਿਆਰੀ ਚੱਲ ਰਹੀ ਹੈ ਕਿਆ ਅਸੀਂ ਇੱਦਾਂ ਦੇ ਕੁਐਸਚਨਸ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸਿਰਫ ਅਸੀਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਆਪਣਾ ਇੱਕ ਲੈਵਲ ਚੈੱਕ ਕਰਨਾ ਹੁੰਦਾ ਹੈ ਠੀਕ ਹੈ ਜੀ ਸੋ ਜਲਦੀ ਜਲਦੀ ਇਸ ਕਲਾਸ ਦੇ ਨਾਲ ਜੁੜੋ ਜੋ ਜੇ ਕਲਾਸ ਦੇ ਲਿੰਕ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕਰ ਵੀ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਪੇਪਰ ਦੀ ਤਿਆਰੀ ਕਰਦਾ ਹੈ ਤਾਂ ਇਸ ਕਲਾਸ ਦੇ ਨਾਲ ਜੁੜ ਕੇ ਉਹ ਵੀ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਟਰਾਈ ਕਰ ਸਕਦਾ ਹੈ ਸੋ ਜਲਦੀ ਜਲਦੀ ਇੱਕ ਵਾਰੀ ਕਲਾਸਨ ਨਾਲ ਜੁੜ ਜੋ ਜੇ ਜਿਹੜਾ ਬੱਚਾ ਕਲਾਸ ਦੇ ਵਿੱਚ ਆ ਚੁੱਕਾ ਇੱਕ ਵਾਰੀ ਆਪਣੀ ਮੈਨੂੰ ਹਾਜ਼ਰੀ ਜ਼ਰੂਰ ਲਵਾ ਦਿਓ ਤੇ ਲਾਈਕ ਜ਼ਰੂਰ ਕਰ ਦੇਣਾ ਕਲਾਸ ਬਹੁਤ ਵਧੀਆ ਰਹੂਗੀ ਇੱਕ ਵਾਰੀ ਲਾਈਕ ਜ਼ਰੂਰ ਕਰ ਦੇਣਾ ਇਸ ਕਲਾਸ ਨੂੰ ਸੋ ਆਪਾਂ ਕੰਟੀਨਿਊ ਕਰਦੇ ਹਾਂ ਜੀ ਅੱਜ ਹੋਣਗੇ ਆਪਣੇ ਪ੍ਰੀਵੀਅਸ ਈਅਰ ਕੁਐਸਚਨਸ ਦੇ ਉੱਪਰ ਕਲਾਸ ਠੀਕ ਹੈ ਜੀ ਸੋ ਜੇ ਕੋਈ ਬੱਚਾ ਪਹਿਲੀ ਵਾਰੀ ਆ ਰਿਹਾ ਇਸ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਬੈਲ ਆਈਕਨ ਤੇ ਵੀ ਜ਼ਰੂਰ ਕਲਿੱਕ ਕਰਨਾ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਕੋਈ ਪੇਪਰ ਆ ਰਿਹਾ ਕਿਸੇ ਦਾ ਰਿਜ਼ਲਟ ਇਸ ਚੈਨਲ ਦੇ ਥਰੂ ਮਿਲਦੇ ਰਹੋਗੇ ਠੀਕ ਹੈ ਜੀ ਸੋ ਜਲਦੀ ਤੋਂ ਜਲਦੀ ਹੁਣ ਮੈਂ ਕੁਐਸਚਨਸ ਨੂੰ ਸਟਾਰਟ ਕਰਦੀ ਹਾਂ ਪਹਿਲਾ ਸਵਾਲ ਤੁਹਾਡੇ ਸਾਹਮਣੇ ਪਹਿਲਾ ਸਵਾਲ ਤੁਹਾਡੇ ਸਾਹਮਣੇ ਕੀ ਹੈ ਜੀ ਦੋ ਸੰਖਿਆਵਾਂ ਦਾ ਅਨੁਪਾਤ 9/7 ਵਿੱਚ ਦੋ ਸੰਖਿਆਵਾਂ ਆ ਕਿਸ ਰੇਸ਼ੋ ਦੇ ਵਿੱਚ ਆ 9/7 ਦੀ ਰੇਸ਼ੋ ਵਿੱਚ ਜੇਕਰ ਹਰੇਕ ਵਿੱਚੋਂ 14 ਨੂੰ ਘਟਾ ਲਿਆ ਜਾਵੇ ਹੁਣ ਮੈਂ ਦੋ ਸੰਖਿਆਵਾਂ ਆ ਤੁਹਾਡੇ ਕੋਲ ਦੋ ਸੰਖਿਆਵਾਂ ਆ ਜੇ ਕਿਸ ਰੇਸ਼ੋ ਚ 9/7 ਦੀ ਰੇਸ਼ੋ ਚ ਕਹਿੰਦੇ ਦੋਨਾਂ ਵਿੱਚੋਂ ਅਗਰ 14 ਨੂੰ ਘਟਾ ਦਿੱਤਾ ਜਾਵੇ ਡਾਇਰੈਕਟਲੀ ਰੇਸ਼ਿਓ ਦੇ ਵਿੱਚੋਂ ਕਦੀ ਵੀ ਪਲੱਸ ਮਾਈਨਸ ਨਹੀਂ ਕਰ ਸਕਦੇ ਰੇਸ਼ਿਓ ਦੇ ਵਿੱਚ ਡਾਇਰੈਕਟਲੀ ਤੁਸੀਂ ਪਲੱਸ ਮਾਈਨਸ ਕਦੀ ਨਹੀਂ ਕਰ ਸਕਦੇ ਕਹਿੰਦੇ ਹਰੇਕ ਵਿੱਚੋਂ 14 ਨੂੰ ਘਟਾ ਲਿਆ ਜਾਵੇ ਤਾਂ ਅਨੁਪਾਤ 7/5 ਬਣ ਜਾਂਦਾ ਹੈ ਤਾਂ ਸੰਖਿਆਵਾਂ ਕੀ ਹਨ ਉਹ ਸੰਖਿਆਵਾਂ ਕੀ ਹਨ ਕਿੱਦਾਂ ਕਰੀਏ ਜੀ ਸਵਾਲ ਨੂੰ ਪਹਿਲੇ ਤਾਂ ਮੈਂ ਆਪਣੀ ਆਪਸ਼ਨ ਚੈੱਕ ਕਰਾਂ ਕਿਹੜੀ ਆਪਸ਼ਨ ਮੈਨੂੰ 9 ਤੇ 7 ਦੇ ਰਹੀ ਆ ਹਾਂਜੀ ਇਹ 3 ਦੇ ਟੇਬਲ ਤੇ ਕੈਨਸਲ ਕਰਕੇ 13 ਤੇ 21 ਮਤਲਬ ਪਹਿਲੀ ਆਪਸ਼ਨ ਨਹੀਂ ਹੋ ਸਕਦੀ ਦੂਜੀ ਆਪਸ਼ਨ ਦੀ ਜੇ ਮੈਂ ਗੱਲ ਕਰਾਂ ਇਹ ਕੋਈ ਵੀ ਟੇਬਲ ਤੇ ਕੈਨਸਲ ਨਹੀਂ ਹੁੰਦੇ 63 ਤੇ 49 ਦੀ ਗੱਲ ਕਰਾਂ 79 ਦਾ 63 77 ਦਾ 49 ਇਹਦਾ ਮਤਲਬ ਆਹ ਦੋ ਨੰਬਰ ਆ ਜਿਹੜੇ ਮੇਕੋ 9 ਤੇ 7 ਦੀ ਰੇਸ਼ੋ ਬਣਾ ਰਹੇ ਆ 9 ਤੇ 7 ਦੀ ਰੇਸ਼ੋ ਬਣਾ ਰਹੇ ਬੱਚਾ ਜੀ ਇਹਦੇ ਚੋਂ ਵੀ ਮੈਂ 14 ਮਾਈਨਸ ਕੀਤੇ ये चो भी चौदह माइनस किते जो ए मैं चौदह माइनस किते मेरे को कोजा आ गया जी जो तो मैं उन्वजा चौदह माइनस किते मेरे को पैंती आ गया बच्चा जी उन्नजा तो पैंती रेशो की बन गई सैवन सैवन का फोर्ट नाइन सैवन फाइव का थर्टी फाइव मतलब सत रेशो पांच रेशो बन के आ गई ਉਹੀ ਮੈਨੂੰ ਚਾਹੀਦੀ ਸੀ ਸੋ ਇਸ ਕੁਐਸਚਨ ਦਾ ਆਨਸਰ ਬਣੇਗਾ ਜੀ ਸੀ ਆਪਸ਼ਨ ਡੀ ਆਪਸ਼ਨ ਵੀ ਆਨਸਰ ਨਹੀਂ ਬਣੇਗਾ ਸੋ ਬਿਲਕੁਲ ਠੀਕ ਹੈ ਜੀ ਕਵਿਤਾ ਜੀ ਬਿਲਕੁਲ கரੈਕਟ ਆਨਸਰ ਦਿੱਤਾ ਹੈ ਫਾਈਨਲ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਸਭ ਨੂੰ ਸਵਾਲ ਕਲੀਅਰ ਹੈ ਜੀ ਸਭ ਨੂੰ ਸਵਾਲ ਕਲੀਅਰ ਹੈ ਸੋ ਆਪਾਂ ਕੀ ਘਟਾਈਏ ਆਪਣੇ ਕੋਲ ਫਾਈਨਲ ਰੇਸ਼ੋ ਜਿਹੜੀ ਉਹ ਕੀ ਬਣ ਕੇ ਆਵੇ 63 ਤੇ 49 ਯਾਨੀ ਕਿ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਬੱਚਾ ਜੀ ਇੱਥੇ ਸਬਟ੍ਰੈਕਟ ਕਿਹਾ ਹੋ ਸਕਦਾ ਹੁਣ ਤੁਹਾਨੂੰ ਪੇਪਰ ਦੇ ਵਿੱਚ ਕੁਝ ਪਲੱਸ ਆ ਜਵੇ ਕਿ ਅਗਰ ਆਪਾਂ ਇਹਨਾਂ ਦੋਨਾਂ ਨੰਬਰਾਂ ਦੇ ਵਿੱਚ 14 ਨੂੰ ਪਲੱਸ ਕਰੀਏ ਤਾਂ ਸਾਡੇ ਕੋਲ ਨਵੀਂ ਰੇਸ਼ੋ ਇਹ ਬਣ ਕੇ ਆਵੀ ਤਾਂ ਉਹ ਨੰਬਰ ਕੀ ਹੋਣਗੇ ਹਨਾ ਸੋ ਡਿਪੈਂਡ ਕਰਦਾ ਆ ਆਪਾਂ ਇੱਕ ਕਨਸੈਪਟ ਸਮਝਣਾ ਆ ਆਪਾਂ ਇੱਕ ਕਨਸੈਪਟ ਸਮਝਣਾ ਆ ਬਸ ਕੁਐਸਚਨ ਦਾ ਅਗਲਾ ਸਵਾਲ ਦੇਖੋ ਜੀ ਕੀ ਕਹਿੰਦਾ ਕਿ ਆ ਤੁਹਾਨੂੰ ਇਹ ਸਵਾਲ ਆਂਦਾ ਹੈ ਕਿ ਆ ਤੁਸੀਂ ਇਹ ਵਾਲੀ ਟਾਈਪ ਕੀਤੀ ਹੈ ਤੁਸੀਂ ਇਹ ਆਈਡੀਆ ਲਗਾਉਣਾ ਬਸ 16000 ਰੁਪਏ ਤੇ 9 ਮਹੀਨਿਆਂ ਲਈ 16000 ਰੁਪਏ ਤੇ 9 ਮਹੀਨਿਆਂ ਲਈ 20% ਪ੍ਰਤੀ ਸਾਲ ਦੇ ਹਿਸਾਬ ਨਾਲ 20% ਪ੍ਰਤੀ ਸਾਲ ਦੇ ਹਿਸਾਬ ਨਾਲ ਤਿਮਾਹੀ ਮਿਸ਼ਰਤ ਵਿਆਜ ਕੀ ਹੈ ਬੱਚਾ ਜੀ ਮਿਸ਼ਰਤ ਵਿਆਜ ਦਾ ਸਵਾਲ ਹੈ ਫਿਰ ਤੁਹਾਡੇ ਕੋਲ ਇਹ ਤਿਮਾਹੀ ਦਾ ਸਮਾਂ ਹੈ ਤਿਮਾਹੀ ਮਤਲਬ 3-3 ਮਹੀਨਿਆਂ ਦਾ ਵਿਆਜ ਕੈਲਕੂਲੇਟ ਕਰਨਾ ਬੱਚਾ ਜੀ 9 ਮਹੀਨਿਆਂ ਦੇ ਵਿੱਚ ਕਿੰਨੀ ਵਾਰ ਵਿਆਜ ਨੂੰ ਕੰਪਿਊਟ ਕਰਾਂਗੇ ਤਿੰਨ ਮਹੀਨੇ ਤਿੰਨ ਮਹੀਨੇ ਤਿੰਨ ਮਹੀਨੇ ਯਾਨੀ ਕਿ ਤਿੰਨ ਵਾਰੀ ਵਿਆਜ ਅਸੀਂ ਇਹਦੇ ਵਿੱਚ ਕੱਢਾਂਗੇ ਪਰ ਕੱਢਾਂਗੇ ਤਿੰਨ-ਤਿੰਨ ਮਹੀਨਿਆਂ ਦਾ ਇਸ ਰੇਟ ਆਫ ਇੰਟਰਸਟ ਤੇ ਤੁਹਾਨੂੰ ਰੇਟ ਆਫ ਇੰਟਰਸਟ 기ਵਨ ਹੈ ਕਿੰਨਾ ਜੀ 20% 16000 ਰੁਪਏ ਤੇ ਜੇ ਮੈਂ 20% ਦੀ ਗੱਲ ਕਰਾਂ ਤਾਂ ਮੇਰੇ ਕੋਲ ਤਿਮਾਹੀ ਵਿਆਜ ਜਿਹੜਾ ਆ ਪਹਿਲੇ 3 ਮਹੀਨੇ ਅਗਲੇ 3 ਮਹੀਨੇ ਤੇ ਅਗਲੇ 3 ਮਹੀਨਿਆਂ ਦਾ ਕੀ ਬਣ ਕੇ ਆਏਗਾ ਬੱਚਾ ਜੀ ਬਣਾਓ ਅਨਸਰ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਜਿਹੜੇ ਬੱਚੇ ਮੇਰੀ ਰੈਗੂਲਰ ਕਲਾਸ ਲਗਾਉਂਦੇ ਉਹਨਾਂ ਨੇ ਕੰਪਾਊਂਡ ਇੰਟਰਸਟ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ ਆਂਦਾ ਵੀ ਹੋਏਗਾ ਉਹਨਾਂ ਨੂੰ ਬੱਚਾ ਜੀ ਧਿਆਨ ਨਾਲ ਸਮਝ ਲਓ ਜਿਨ੍ਹਾਂ ਨੇ ਨਹੀਂ ਕੀਤਾ ਜਾਂ ਜਿਹੜੇ ਪਹਿਲੀ ਵਾਰੀ ਵੀ ਕਰ ਰਹੇ ਆ ਰੇਟ ਮੈਨੂੰ 20% ਪੂਰੇ ਸਾਲ ਦਾ ਆ ਪੂਰੇ ਸਾਲ ਦਾ ਮੇਕੋ ਰੇਟ ਆਫ ਇੰਟਰਸਟ ਹੈਗਾ 20% ਯਾਨੀ ਕਿ ਪੂਰੇ 12 ਮਹੀਨਿਆਂ ਦਾ ਮੈਨੂੰ ਚਾਹੀਦਾ ਸਿਰਫ 3 ਮਹੀਨਿਆਂ ਦਾ ਵਿਆਜ ਬੱਚਾ ਜੀ ਉਹਦੇ ਲਈ ਹਮੇਸ਼ਾ ਜਦੋਂ ਵੀ ਤਿਮਾਹੀ ਦੀ ਗੱਲ ਆਵੇ ਜਾਂ ਕੁਆਟਰਲੀ ਦੀ ਗੱਲ ਆਵੇ ਤਾਂ ਆਪਾਂ ਰੇਟ ਨੂੰ 4 ਦੇ ਨਾਲ ਡਿਵਾਈਡ ਕਰਨਾ ਹੀ ਕਰਨਾ ਆ ਤੁਹਾਡਾ ਪਹਿਲਾ ਸਟੈਪ ਇਹ ਆ ਤੁਸੀਂ ਰੇਟ ਨੂੰ ਹਮੇਸ਼ਾ 4 ਦੇ ਨਾਲ ਡਿਵਾਈਡ ਕਰਨਾ ਹੀ ਕਰਨਾ ਬੱਚਾ ਜੀ 5% ਦੀ ਫ੍ਰੈਕਸ਼ਨ ਕਿੰਨੀ ਹੋਏਗੀ ਆਪਣੇ ਕੋਲ 1/20 5% ਦੀ ਫ੍ਰੈਕਸ਼ਨ ਆਪਣੇ ਕੋਲ ਕੀ ਹੋਏਗੀ 1/20 ਬਸ सोलह हजार जी, so, जी जीरो ना जीरो कैंसल कि आ गया अठ सौ अगेन किन्ना आ गया अठ सौ अगेन किन्ना आ गया जी अठ सौ बच्चा जी कंपाउंड इंटरस्ट की कहता है व्याज तदों व्याज मैं दूसरे वार्ते आई मतलब ਇੱਥੇ ਆਈ ਇਸ ਤੋਂ ਪਹਿਲੇ ਹੋਰ ਕਿਹੜਾ ਵਿਆਜ ਪੈ ਚੁੱਕਾ ਇਹਦਾ ਇਹਦਾ ਵੀ ਅੱਗੇ ਵਿਆਜ ਕੱਢੋ ਯਾਨੀ ਕਿ 800 ਦਾ 1/2 ਕਿੰਨਾ ਹੋ ਗਿਆ 40 ਜਦੋਂ ਮੈਂ ਇੱਥੇ ਆਈ ਇਸ ਤੋਂ ਪਹਿਲੇ ਕਿਹੜੇ-ਕਿਹੜੇ ਵਿਆਜ ਪੈ ਚੁੱਕੇ ਇਹ ਵਾਲਾ ਇਹ ਵਾਲਾ ਤੇ ਇਹ ਵਾਲਾ ਸੋ 800 ਦਾ ਕਿੰਨਾ ਹੋ ਗਿਆ ਜੀ 40 ਯਾਨੀ ਕਿ ਮਤਲਬ 800 ਦਾ 1/2 ਹੋ ਗਿਆ 40 ਆਹਾ ਵਾਲੇ 800 ਦਾ ਹੋ ਗਿਆ 40 ਤੇ 40 ਦਾ 1/2 ਕਿੰਨਾ ਹੋ ਗਿਆ ਜੀ 2 ਇਹ ਮੇਰੇ ਕੋਲ ਆ ਗਿਆ ਪੂਰੇ 9 ਮਹੀਨਿਆਂ ਦਾ ਕੰਪਾਊਂਡ ਇੰਟਰਸਟ ਕਿੰਨਾ ਆਇਆ 800 800 800 ਯਾਨੀ ਕਿ 2400 40 40 40 ਯਾਨੀ ਕਿ 120 ਤੇ ਅਖੀਰ ਵਿੱਚ 2 ਸੋ ਮੇਰੇ ਕੋਲ ਕਿੰਨਾ ਆ ਗਿਆ ਜੀ 2522 ਕੰਪਾਊਂਡ ਇੰਟਰਸਟ ਕਿੰਨਾ ਕੰਪਾਊਂਡਡ ਇੰਟਰਸਟ ਆ ਗਿਆ ਜੀ ਮੇਰੇ ਕੋਲ 16000 ਰੁਪਏ ਤੇ ਮੇਰੇ ਕੋਲ ਪੂਰੇ 9 ਮਹੀਨਿਆਂ ਦਾ ਜੇ ਮੈਂ ਗੱਲ ਕਰਾਂ ਤਾਂ ਮੇਰੇ ਕੋਲ ਕਿੰਨਾ ਵਿਆਜ ਆ ਗਿਆ ਜੀ 2522 ਰੁਪਏ ਦੱਸੋ ਜੀ ਸਭ ਨੂੰ ਸਵਾਲ ਕਲੀਅਰ ਹੋਇਆ ਇੱਕ ਵਾਰੀ ਯੈਸ ਨੋ ਜਾਂ ਥੰਬਸ ਅਪ ਦਾ ਜਵਾਬ ਜ਼ਰੂਰ ਦੇ ਦਿਓ ਕਿ ਜਿੰਨੇ ਵੀ ਬੱਚੇ ਇਸ ਕਲਾਸ ਨੂੰ ਲਗਾ ਰਿਹਾ ਕਿ ਆਏ ਸਵਾਲ ਸਮਝ ਆ ਰਿਹਾ ਯੈਸ অর ਨੋ ਇੱਕ ਵਾਰੀ ਥੰਬਸ ਅਪ ਕਰ ਦੇ ਤੇ ਜਿਨ੍ਹਾਂ ਨੇ ਹਜੇ ਕਲਾਸ ਨੂੰ ਲਾਈਕ ਨਹੀਂ ਕੀਤਾ ਇੱਕ ਵਾਰੀ ਲਾਈਕ ਬਟਨ ਤੇ ਵੀ ਜ਼ਰੂਰ ਕਲਿੱਕ ਕਰ ਦੇ ਸੋ ਬੱਚਾ ਜੀ ਸਵਾਲ ਕਾਫੀ ਇੰਪੋਰਟੈਂਟ ਹੈ ਐਦਾ ਦਾ ਸਵਾਲ ਪੇਪਰ ਦੇ ਵਿੱਚ ਪੂਰੀ ਤਰ੍ਹਾਂ ਆ ਸਕਦਾ ਹੈ ਅਗਲੇ ਸਵਾਲ ਤੇ ਆਈਏ ਜੀ ਤਿੰਨ ਸੰਖਿਆਵਾਂ ਦੀ ਔਸਤ B ਹੈ ਕੋਈ ਤਿੰਨ ਨੰਬਰ ਹੈ ਜੀ ਤੁਹਾਡੇ ਕੋਲ ਉਹਨਾਂ ਦੀ ਔਸਤ ਦਿੱਤੀ ਹੋਈ ਤੁਹਾਡੇ ਕੋਲ B ਜੇਕਰ ਦੋ ਸੰਖਿਆਵਾਂ 14 ਅਤੇ 28 ਹਨ ਕੋਈ ਹੋਰ ਦੋ ਨੰਬਰ ਦਿੱਤੇ ਦੋ ਸੰਖਿਆਵਾਂ ਕਹਿੰਦੇ ਇੱਕ 14 ਹੈ ਤੇ ਇੱਕ 28 ਹੈ ਤਾਂ ਤੀਜੀ ਸੰਖਿਆ ਲੱਭੋ ਤਿੰਨ ਸੰਖਿਆਵਾਂ ਦੀ ਔਸਤ 20 ਹੈ ਵਿੱਚੋਂ ਦੋ ਸੰਖਿਆਵਾਂ ਦੱਸਤੀਆਂ ਇੱਕ 14 ਆ ਤੇ ਇੱਕ 28 ਆ ਤੀਜੀ ਸੰਖਿਆ ਤੁਹਾਡੇ ਕੋਲ ਕਿੰਨੀ ਹੋਵੇਗੀ ਬੱਚਾ ਜੀ ਤੀਜੀ ਸੰਖਿਆ ਤੁਹਾਡੇ ਕੋਲ ਕਿੰਨੀ ਹੋਵੇਗੀ ਬਣਾਓ ਜਲਦੀ ਆਨਸਰ ਤੇ ਦਿਓ ਜੀ ਮੈਨੂੰ ਕਿੰਨਾ ਆਨਸਰ ਬਨੇਗਾ ਸ਼ਾਬਾਸ਼ ਵੈਰੀ ਗੁੱਡ ਬੱਚਾ ਜੀ ਜਿੰਨੇ ਬੱਚੇ ਕਲਾਸ 'ਚ ਬੈਠੇ ਆ ਇੱਕ ਵਾਰੀ ਲਾਈਕ ਬਟਨ ਤੇ ਜ਼ਰੂਰ ਕਲਿੱਕ ਕਰ ਦਿਓ ਜੀ ਸ਼ਾਬਾਸ਼ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਹਾਂਜੀ ਸੋ ਬੱਚਾ ਜੀ ਧਿਆਨ ਨਾਲ ਦੇਖੀਏ ਜੇ ਆਪਾਂ ਕੁਝ ਨਹੀਂ ਕਰਨਾ ਆਪਾਂ 20 ਤੇ 14 ਚ ਕਿੰਨੇ ਦਾ ਫਰਕ ਆ ਤੁਸੀਂ ਕਹੋਗੇ 6 ਦਾ ਫਰਕ ਆ 20 ਤੇ 28 ਚ ਕਿੰਨੇ ਦਾ ਫਰਕ ਆ ਤੁਸੀਂ ਕਹੋਗੇ ਮੈਡਮ -8 ਦਾ ਫਰਕ ਆ ਹਨਾ 20 ਤੇ 14 ਚ ਸਿਰਫ 6 ਦਾ ਫਰਕ ਹੈ b ਤੇ 28 ਚ -8 ਦਾ ਫਰਕ ਆ ਯਾਨੀ ਕਿ ਓਵਰオール ਕਿੰਨੇ ਦਾ ਚੇਂਜ ਆ ਗਿਆ -2 ਦਾ ਚੇਂਜ ਆ ਗਿਆ ਬੱਚਾ ਜੀ ਜੇ ਨੰਬਰ ਮੇਰੇ ਕੋਲ b ਆ ਤਿੰਨ ਨੰਬਰਾਂ ਦੀ ਮੇਰੇ ਕੋਲ ਐਵਰੇਜ b ਹੈ b -2 ਯਾਨੀ ਕਿ 18 ਸੋ ਉਹ ਜਿਹੜਾ ਨੰਬਰ ਮੇਰੇ ਕੋਲ ਕਿੰਨਾ ਆਏਗਾ 18 ਆਏਗਾ ਕੋਈ x y z ਮੰਨਣ ਦੀ ਜ਼ਰੂਰਤ ਨਹੀਂ ਹੈਗੀ ਅਗਰ ਸਾਨੂੰ ਕਨਸੈਪਟ ਬਹੁਤ ਚੰਗੀ ਤਰ੍ਹਾਂ ਆਂਦਾ ਹੈ ਤਾਂ ਅਸੀਂ ਇਸ ਸਵਾਲ ਨੂੰ ਔਰਲ ਵਿੱਚ ਵੀ ਕਰ ਸਕਦੇ ਹਾਂ 20 ਤੇ 14 'ਚ 6 ਦਾ ਫਰਕ 20 ਤੇ 28 'ਚ 8 ਦਾ ਫਰਕ ਯਾਨੀ ਕਿ -2 ਦਾ ਫਰਕ b 2 ਯਾਨੀ ਕਿ 18 ਆਨਸਰ ਆ ਗਿਆ ਅਗਲਾ ਸਵਾਲ ਬਹੁਤ ਸੋਖਾ ਹੈ ਜੀ ਸਿੰਪਲ ਇੰਟਰਸਟ ਦਾ ਸਵਾਲ ਹੈ ਜੀ ਵੈਰੀ ਗੁੱਡ ਵੈਰੀ ਗੁੱਡ 15% ਸਾਲਾਨਾ ਸਧਾਰਨ ਵਿਆਜ ਤੇ 3 ਸਾਲਾਂ ਵਿੱਚ 5800 ਰੁਪਏ ਦੀ ਕਿੰਨੀ ਰਕਮ ਬਣਦੀ ਹੈ 3 ਸਾਲਾਂ ਚ ਮੇਰੇ ਕੋਲ 5800 ਰੁਪਇਆ ਬਣ ਕੇ ਆਇਆ ਠੀਕ ਹੈ ਉਹ ਪੈਸਾ ਕਿੰਨਾ ਸੀ ਮੇਰੇ ਕੋਲ 3 ਸਾਲਾਂ ਦੇ ਵਿੱਚ 5800 ਰੁਪਇਆ ਬਣ ਕੇ ਆ ਗਿਆ ਕਿੰਨੇ ਸ ਰੇਟ ਆਫ ਇੰਟਰਸਟ ਤੇ 15% ਤੇ ਕਿੰਨੇ ਰੇਟ ਆਫ ਇੰਟਰਸਟ ਤੇ 15% ਤੇ ਬਣ ਕੇ ਆਇਆ ਬੱਚਾ ਜੀ ਬਹੁਤ ਹੀ ਸੋਖਾ ਸਵਾਲ ਆ ਬਣਾਓ ਜੀ ਇਹਦਾ ਅਨਸਰ ਕਿੰਨਾ ਹੋਏਗਾ ਸ਼ਾਬਾਸ਼ ਚਾਹੇ ਤੈਨੂੰ ਬਾਇਓ অপਸ਼ਨਸ ਕਰ ਲੋ ਚਾਹੇ ਇਹਨੂੰ ਵਿਦਾਊਟ ਆਪਸ਼ਨ ਕਰ ਲੋ ਬਟ ਸਵਾਲ ਬਹੁਤ ਈਜ਼ੀ ਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਕਿੰਨਾ ਅਨਸਰ ਬਣੇਗਾ ਜੀ ਇਹਦਾ ਸੋ ਕਿੰਨੇ ਪੈਸੇ ਸੀ 3 ਸਾਲਾਂ ਬਾਅਦ 5800 ਰੁਪਇਆ ਬਣ ਕੇ ਆਇਆ ਕਿੰਨੇ ਪਰਸੈਂਟ ਤੇ 15% ਤੇ ਬੱਚਾ ਜੇ ਮੈਂ ਆਪਸ਼ਨ ਦੀ ਗੱਲ ਕਰਾਂ ਮੈਂ 3000 ਰੁਪਇਆ ਕਿਸੇ ਨੂੰ ਦਿੱਤਾ 3000 ਰੁਪਇਆ ਕਿਸੇ ਨੂੰ ਦਿੱਤਾ ਮੇਰੇ ਕੋਲ 5800 ਬਣ ਕੇ ਆ ਗਿਆ ਤੁਸੀਂ ਕਹੋਗੇ ਮੈਡਮ 2800 ਵਿਆਜ ਬਣਿਆ 2800 ਵਿਆਜ ਬਣਿਆ 3 ਸਾਲਾਂ ਦਾ ਕਿੰਨਾ ਵਿਆਜ ਬਣਿਆ ਨਹੀਂ ਕੱਟ ਸਕਦੇ ਪੂਰਾ ਪੂਰਾ ਨਹੀਂ ਆਏਗਾ ਮੈਂ ਕਿਸੇ ਨੂੰ 6000 ਰੁਪਇਆ ਦਿੱਤਾ ਮੇਰੇ ਕੋਲ 5800 ਅਮਾਉਂਟ ਬਣ ਗਈ ਕਦੀ ਨਹੀਂ ਹੋ ਸਕਦਾ ਕਿਉਂਕਿ ਪ੍ਰਿੰਸੀਪਲ ਵੈਲਿਊ ਹਮੇਸ਼ਾ ਅਮਾਉਂਟ ਤੋਂ ਘੱਟ ਹੀ ਹੁੰਦੀ ਆ ਸੀ ਆਪਸ਼ਨ ਕੀ ਕਹਿੰਦੀ ਜੇ ਮੈਂ 4000 ਰੁਪਇਆ ਕਿਸੇ ਨੂੰ ਦਿੱਤਾ ਜੇ ਮੈਂ 4000 ਰੁਪਇਆ ਕਿਸੇ ਨੂੰ ਦਿੱਤਾ ਮੈਨੂੰ ਅਗਲੇ ਬੰਦੇ ਨੇ 5800

ਸੀ ਆਪਸ਼ਨ ਤੋਂ ਯਾਨੀ ਕਿ ਇਸ ਕੁਐਸਚਨ ਦਾ ਆਨਸਰ ਕਿੰਨਾ ਬਣੇਗਾ ਜੀ ਸੀ ਆਪਸ਼ਨ ਆਨਸਰ ਬਣੇਗਾ ਕਿੰਨਾ ਆਨਸਰ ਬਣੇਗਾ ਜੀ ਸੀ ਆਪਸ਼ਨ ਆਨਸਰ ਬਣੇਗਾ ਸੋ ਕੋਈ ਵੀ ਪੇਪਰ ਦੀ ਤਿਆਰੀ ਕਰਦੇ ਹੋ ਬੱਚਾ ਜੀ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਹੋ ਹਮੇਸ਼ਾ ਪਹਿਲੇ ਤਾਂ ਜਿਨ੍ਹਾਂ ਬੱਚਿਆਂ ਨੇ ਹਜ ਤੱਕ ਇਹਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਅਗਰ ਚਾਹਦੇ ਹੋ ਕਿ ਅੱਗੇ ਵੀ ਮੈਂ ਹੋਰ ਪ੍ਰੀਵੀਅਸ ਇਅਰ ਤੇ ਤੁਹਾਡੇ ਲਈ ਕੁਐਸਚਨਸ ਹੋਰ ਲੈ ਕੇ ਆਵਾਂ ਤਾਂ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਕਿਹੜੇ ਬੱਚੇ ਚਾਹੁੰਦੇ ਆ ਕਿ ਪ੍ਰੀਵੀਅਸ ਇਅਰ ਤੇ ਹੋਰ ਕਲਾਸਾਂ ਵੀ ਲਗਣੀਆਂ ਚਾਹੀਦੀਆਂ ਹਨ ਬੱਚਾ ਜੀ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਉਹਦੇ ਪੁਰਾਣੇ ਪੇਪਰ ਜ਼ਰੂਰ ਦੇਖ ਕੇ ਜਾਓ ਕਿ ਪਿੱਛੇ ਪੇਪਰਾਂ 'ਚ ਕੀ ਆਇਆ ਅਸੀਂ ਕੀ ਪੜਦੇ ਪੇ ਕਿਹਾ ਸੀ ਸਹੀ ਲੈਵਲ ਦੀ ਤਿਆਰੀ ਕਰ ਰਹੇ ਆ ਕਿ ਐਦਾ ਤਾਂ ਨਹੀਂ ਪੇਪਰ ਬਹੁਤ ਸੁੱਖਾਂ ਦਾ ਆਪਾਂ ਬਹੁਤ ਹਾਈ ਲੈਵਲ ਦੇ ਕਰ ਰਿਹਾ ਜਾਂ ਪੇਪਰ ਦਾ ਲੈਵਲ ਮੋਡਰੇਟ ਆਂਦਾ ਸੀ ਬਹੁਤ ਈਜ਼ੀ ਲੈਵਲ ਦੇ ਕੁਐਸਚਨ ਕਰ ਰਿਹਾ ਹੈ ਨਾ ਸੋ ਕੋਈ ਵੀ ਪੇਪਰ ਦੀ ਤਿਆਰੀ ਕਰਦੇ ਹੋ ਉਹਦੇ ਪ੍ਰੀਵੀਅਸ ਇਅਰ ਨੂੰ ਜ਼ਰੂਰ ਨਜ਼ਰ ਮਾਰ ਕੇ ਜਾਓ ਸੋ ਇਸੇ ਕਰਕੇ ਮੈਂ ਤੁਹਾਡੇ ਲਈ ਛੋਟੇ ਛੋਟੇ ਕੁਐਸਚਨਸ ਪ੍ਰੀਵੀਅਸ ਇਅਰਸ ਜਿਹੜੇ ਆਏ ਆ ਤੁਹਾਡੇ ਲਈ ਬਣਾ ਕੇ ਲੈ ਕੇ ਆਂਦੀ ਆ ਹਨਾ ਤਾਂ ਕਿ ਤੁਹਾਨੂੰ ਪਤਾ ਲੱਗ ਜਵੇ ਜੇ ਤੁਸੀਂ ਖੁਦ ਨਹੀਂ ਦੇਖ ਸਕਦੇ ਠੀਕ ਹੈ ਖੁਦ ਨਹੀਂ ਸਰਚ ਕਰ ਸਕਦੇ ਕਈ ਵਾਰ ਬੱਚੇ ਟਾਈਮ ਨਹੀਂ ਹੁੰਦਾ ਜਾਂ ਜੋ ਵੀ ਆ ਹਨਾ ਸੋ ਤੁਹਾਡੇ ਲਈ ਸਪੈਸ਼ਲ ਕੁਐਸਚਨਸ ਆ ਲੈ ਕੇ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਹੋਏ ਆ ਸੋ ਐਦਾ ਦੀਆ ਕਲਾਸਾਂ ਹੋਰ ਲਗਾਉਣਾ ਚਾ ਠੀਕ ਹੈ ਜੀ ਸੋ ਅਗਰ ਇਹ ਤਿਆਰੀ ਬਹੁਤ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਪਤਾ ਨਹੀਂ ਮੈਂ ਤਿਆਰੀ ਕਰਨੀ ਹੈ ਕਿੱਥੋਂ ਕਰਾਂ ਕਿੱਦਾਂ ਮੈਨੂੰ ਕੰਟੈਂਟ ਮਿਲੇਗਾ ਕਿੱਦਾਂ ਮੈਂ ਪ੍ਰੈਕਟਿਸ ਕਰਾਂ ਤਾਂ ਸਾਡੇ ਕੋਲ ਪੰਜਾਬ ਦਾ ਮਹਾਪੈਕ ਹੈ ਪੰਜਾਬ ਦਾ ਕੀ ਹੈ ਮਹਾਪੈਕ ਉਹਦੇ ਵਿੱਚ ਤੁਸੀਂ ਕੀ ਕਰਨਾ Google ਤੇ ਜਾ ਕੇ ਕਰਨਾ adda247 adda247 ਜਾਣਾ ਪਹਿਲੇ ਲਿੰਕ ਤੇ ਕਲਿੱਕ ਕਰਨਾ ਪਹਿਲੇ ਲਿੰਕ ਤੇ ਜਦੋਂ ਤੁਸੀਂ ਜਾਓਗੇ ਆਪਾਂ ਕਰਾਂਗੇ 올 ਕੋਰਸਸ 올 ਕੋਰਸਸ ਯਾਨੀ ਕਿ ਸਟੇਟ ਐਗਜ਼ਾਮ ਪੰਜਾਬ ਪੰਜਾਬ ਦੇ ਪੰਜਾਬ ਮਹਾਪੈਕ ਪੰਜਾਬ ਮਹਾਪੈਕ ਦੇ ਵਿੱਚ ਤੁਹਾਨੂੰ ਹਰ ਇੱਕ ਪੇਪਰ ਦੀ ਤਿਆਰੀ ਕਰਵਾਈ ਜਾਏਗੀ ਚਾਹੀਓ ਕਲਰਿਕ ਦਾ ਪੇਪਰ ਹੈ ਚਾਹੀਓ ਪਟਵਾਰੀ ਹੈ ਵੀਡੀਓ ਹੈ ਲੇਬਰ ਇਨਸਪੈਕਟਰ ਹੈ ਸੀਨੀਅਰ ਅਸਿਸਟੈਂਟ ਇਨਸਪੈਕਟਰ ਹੈ ਕੋਈ ਵੀ ਪੰਜਾਬ ਪੁਲਿਸ ਦਾ ਕੋਈ ਵੀ ਪੇਪਰ ਹੈ ਪੰਜਾਬ ਦਾ ਤੁਹਾਨੂੰ ਹਰ ਇੱਕ ਪੇਪਰ ਦੀ ਤਿਆਰੀ ਜਿਹੜੀ ਇਹਦੇ ਵਿੱਚ ਕਰਵਾਈ ਜਾਵੇਗੀ ਸੋ ਪੰਜਾਬ ਮਹਾਪੈਕ ਦੇ ਵਿੱਚ એનਰੋਲ ਕਰਨ ਲਈ ਆਪਾਂ ਕਰਾਂਗੇ ਬਾਇਨੋ ਤੁਹਾਨੂੰ ਜਿੰਨੇ ਦਾ ਵੀ ਦਿਖਾ ਰਿਹਾ ਹੋਵੇਗਾ ਠੀਕ ਹੈ ਜੀ ਸਾਰੇ 쿠ਪਨ ਕੋਡਸ ਹਟਾ ਦਨੇ ਅਸੀਂ ਆਪਣਾ 쿠ਪਨ कोड लगावेड़ा वाई अठ सौ चौहत्तर ठीक है जी y सैवन फोर ठीक है जी वाई अठ सौ चौहत्तर अस्पलाई करा हूँ अस करा कंटिन्यू एप्लाई हो गया कंटिन्यू करा ठीक है जी ਤੁਹਾਨੂੰ 2299 ਰੁਪਏ ਦਾ ਦਿਖਾਰਿਆ ਇਹ 2299 ਰੁਪਏ ਦਾ ਦਿਖਾਰਿਆ ਬਟ ਇਹੀ ਚੀਜ਼ ਤੁਸੀਂ ਐਪਲੀਕੇਸ਼ਨ ਤੋਂ ਜਾ ਕੇ ਕਰੋਗੇ ਐਪਲੀਕੇਸ਼ਨ ਅੱਡਾ 247 ਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ ਜੀ ਉਹਦੇ ਵਿੱਚ ਪੰਜਾਬ ਮਹਾਪੈਕ ਸਰਚ ਕਰੋ ਪੰਜਾਬ ਮਹਾਪੈਕ ਸਰਚ ਕਰਨ ਤੋਂ ਬਾਅਦ ਤੁਸੀਂ ਉੱਥੇ 쿠ਪਨ ਕੋਡ ਲਗਾਉਣਾ Y804 ਹੁੰਦਾ ਹੈ ਤੇ ਨਾਲ ਉੱਥੇ ਕੁਝ ਕੁਆਇਨਸ ਵੀ ਪਏ ਹੋਗੇ ਕੁਝ ਸਿੱਕੇ ਵੀ ਪਏ ਹੋਗੇ ਉਹ ਜਦੋਂ ਤੁਸੀਂ ਅਪਲਾਈ ਕਰੋਗੇ ਤੁਹਾਨੂੰ 2200 ਰੁਪਏ ਦਾ ਦਿਖੇਗਾ ਪੂਰੇ ਪੂਰੇ 2 ਸਾਲਾਂ ਵਾਸਤੇ ਠੀਕ ਹੈ ਜੀ ਇਹੀ ਜਿਹੜਾ ਡਿਸਕਾਊਂਟ ਇਹ ਇਹ ਜਿਹੜਾ ਡਿਸਕਾਊਂਟ ਹੈ ਇਹ ਤੁਹਾਨੂੰ ਅੱਜ ਰਾਤੀ RAM ਨੌਮੀ ਦੇ ਅਫਸਰ ਤੇ ਅੱਜ ਰਾਤੀ 12 ਵਜੇ ਤੱਕ ਡਿਸਕਾਊਂਟ ਮਿਲੇਗਾ ਅਗਰ ਕੋਈ ਬੱਚਾ ਚਾਹੁੰਦਾ ਹੈ ਪੂਰੀ ਡਿਟੇਲ ਦੇ ਵਿੱਚ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਦੇ ਮਹਾਪੈਕਟ ਵਿੱਚ ਅਨਰੋਲ ਕਰ ਸਕਦੇ ਹੋ ਕੰਟੀਨਿਊ ਕਰਨਾ ਇਸ ਤੋਂ ਬਾਅਦ ਕੰਟੀਨਿਊ ਕਰਨਾ ਇਸ ਤੋਂ ਬਾਅਦ ਲਾਸਟ ਸਟੈਪ ਕੀ ਹੋਏਗਾ ਤੁਹਾਡਾ ਨਾਮ ਪੁੱਟ ਕਰਨਾ ਆਪਣਾ ਨਾਮ ਫਿਲ ਕਰਨਾ ਆਪਣਾ ਫੋਨ ਨੰਬਰ ਤੇ ਆਪਣੀ ਈਮੇਲ ਆਈਡੀ ਠੀਕ ਹੈ ਜੀ ਆਪਣਾ ਫੋਨ ਨੰਬਰ ਈਮੇਲ ਆਈਡੀ ਸਹੀ ਫਿਲ ਕਰਨਾ ਜਿਹਦੇ ਤੇ ਤੁਸੀਂ ਕਲਾਸਿਸ ਲੈਣਾ ਚਾਹਦੇ ਹੋ ਠੀਕ ਹੈ ਜੀ ਜਿਹਦੇ ਤੇ ਤੁਸੀਂ ਕਲਾਸਿਸ ਲੈਣਾ ਚਾਹੁੰਦੇ ਉਸ ਤੋਂ ਬਾਅਦ ਕੰਟੀਨਿਊ ਕਰ ਦੇਣਾ ਤੁਹਾਡਾ ਪੰਜਾਬ ਮਹਾਪੈਗ ਜਿਹੜਾ ਏਨਰੋਲ ਹੋ ਜਾਏਗਾ ਤੇ ਤੁਹਾਨੂੰ ਉਹਦੇ ਵਿੱਚ ਕਲਾਸਿਸ ਜਿਹੜੀਆਂ ਬਿਲਕੁਲ ਲਾਈਵ ਮਿਲਣਗੀਆਂ ਹਰ ਸਬਜੈਕਟ ਦੀਆਂ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਜੀਕੇ ਜੀਐਸ ਕਰੰਟ ਅਫੇਅਰ ਸਾਰੀਆਂ ਕਲਾਸਿਸ ਤੁਹਾਨੂੰ ਉਹਦੇ ਵਿੱਚ ਮਿਲੂਗੀਆਂ ਲਾਈਵ ਕਲਾਸਿਸ ਮਿਲੂਗੀਆਂ ਕਲਾਸ ਨਹੀਂ ਲਗਾ ਸਕਦੇ ਉਹਦੀ ਰਿਕਾਰਡਿੰਗ ਕਲਾਸ ਮਿਲੂਗੀ ਡਾਊਟ ਸੈਸ਼ਨਸ ਹੋਣਗੇ ਵੀਕਲੀ ਟੈਸਟ ਹੋਣਗੇ ਮੌਕ ਟੈਸਟ ਹੋਣਗੇ ਠੀਕ ਹੈ ਜੀ ਕਲਾਸ 'ਚ ਜੋ ਕਰਵਾਇਆ ਉਹਦੇ ਨੋਟਸ ਪ੍ਰੋਵਾਈਡ ਕੀਤੇ ਜਾਊਗੇ ਠੀਕ ਹੈ ਜੀ ਪ੍ਰੈਕਟਿਸ ਪੇਪਰ ਮਿਲੂਗੇ ਡੇਲੀ ਠੀਕ ਹੈ ਜੀ ਪੂਰੀ ਅੱਡਾ 24/7 ਦੀ ਗਾਈਡੈਂਸ ਕਲਾਸ ਤੁਹਾਨੂੰ ਮਿਲੇਗੀ ਸੋ ਕੋਈ ਵੀ ਪੇਪਰ ਦੇਣਾ ਚਾਹੁੰਦੇ ਹੋ ਤੁਹਾਨੂੰ ਇਕੱਲੇ-ਇਕੱਲੇ ਪੇਪਰ ਦਾ ਪੈਕ ਲੈਣ ਦੀ ਜ਼ਰੂਰਤ ਨਹੀਂ ਹੈਗੀ ਪੰਜਾਬ ਮਹਾਪੈਕ ਦਾ ਮਤਲਬ ਹੈ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰਦੇ ਹੋ ਤੁਹਾਨੂੰ ਹਰ ਇੱਕ ਪੇਪਰ ਦੀ ਤਿਆਰੀ ਇਹਦੇ 'ਚ ਕਰਵਾਈ ਜਾਵੇਗੀ ਇਹਦੇ ਵਿੱਚ انرੋਲ ਕਰਕੇ ਤੁਸੀਂ ਕਿਸੇ ਵੀ ਪੇਪਰ ਨੂੰ ਦੇ ਸਕਦੇ ਹੋ ਕਿਉਂਕਿ ਤੁਹਾਨੂੰ ਹਰ ਪੂ जो थानूद कवर करवाया जाएगा सो अगर किसी बच्चे ने एनरोल करना है आज बारा तो अच्छा पहले -पहले एनरोल कर लेना और खास कूपन कोड का डिस्काउंट जैसे मिल सके ठीक है जी होर प्रीवियस ईयर क्वेश्चन डेफिनेटली लेके आते रहेंगे अगर तो एदी सपोर्ट बन रहा ऐसी साथ बनया रहा सो होर क्वेश्चन चाहते हो प्रीवियस ईयर की अद्धि आप तैयारी कर दे तो जरूर लेके आऊँगी ठीक है जी सो अगर किसी बच्चे ने लै ਨਾ ਹੈ ਤਾਂ Y874 ਤੇ ਕੋਇਨਸ ਦਾ ਜ਼ਰੂਰ ਧਿਆਨ ਰੱਖਣਾ ਤੇ 쿠ਪਨ ਕੋਡ ਦਾ ਵੀ ਖਾਸ ਧਿਆਨ ਰੱਖਣਾ ਠੀਕ ਹੈ ਜੀ ਸੋ ਡੇਲੀ ਆਪਣੀ ਕਲਾਸ ਹੁੰਦੀ ਹੈ ਦੁਪਹਿਰੇ 2:50 ਪੰਜਾਬ ਵੱਡਾ 247 ਤੇ ਮੈਚ ਦੀ ਡੇਲੀ ਰੈਗੂਲਰ ਕਲਾਸ ਹੁੰਦੀ ਹੈ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਕਨਸੈਪਟ ਜਿਹੜੇ ਉਹ ਕਲੀਅਰ ਕਰਦੇ ਠੀਕ ਹੈ ਜੀ ਸੋ ਬਾਕੀ ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਉਦੋਂ ਤੱਕ ਲਈ ਬਾਏ ਟੇਕ ਕੇਅਰ